ਸੋ ਸਵੇਰੇ ਸ਼ੰਖ ਦੀ ਆਵਾਜ਼ ਨਾਲ ਮੇਰੀ ਨੀਂਦ ਖੁੱਲੀ, ਪੂਰੇ ਘਰ ਵਿੱਚ ਸ਼ਾਂਤੀ ਸੀ ਅਤੇ ਮੈਨੂੰ ਘੜੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਮੈਂ ਜਿੱਦਾਂ ਹੀ ਦਰਵਾਜ਼ਾ ਖੋਲਿਆ ਦੇਖਿਆ ਬਹੁਤ ਠੰਡੀ ਹਵਾ ਚੱਲ ਰਹੀ ਸੀ। ਸਵੇਰ ਦਾ ਟਾਈਮ ਹੋਣ ਕਰਕੇ ਪੰਛੀਆਂ ਦੀ ਆਵਾਜ਼ ਆਈ ਸੀ, ਫਿਰ ਕੋਇਲ ਦੀ ਆਵਾਜ਼ ਆਉਣ ਲੱਗੀ, ਫਿਰ ਕਬੂਤਰ ਦੀ ਆਵਾਜ਼ ਆਉਣ ਲੱਗੀ। ਫਿਰ ਮੈਂ ਬ੍ਰਸ਼ ਕਰਨ ਵਾਸਤੇ ਵਾਸ਼ ਬੇਸਿਨ ਗਿਆ, ਫਿਰ ਮੈਂ ਨਹਾਉਣ ਵਾਸਤੇ ਬਾਥਰੂਮ 'ਚ ਗਿਆ, ਦੇਖਿਆ ਟੁੱਪ ਟੱਪ ਟੁੱਪਾ ਟੁੱਪਾ ਪਾਣੀ ਪਹਿਲੇ ਬਾਲਟੀ 'ਚ ਗਿਆ ਸੀ। ਮੈਂ ਨਹਾਉਣ ਵਾਸਤੇ ਸ਼ਾਵਰ ਔਨ ਕੀਤਾ, ਮੈਂ ਕਿਹਾ ਚਲੋ ਨਹਾ ਧੋ ਕੇ ਟੀ ਵੀ ਦੇਖਿਆ ਵੇ। ਮੈਂ ਟੀ ਵੀ ਔਨ ਕੀਤਾ, ਸਭ ਤੋਂ ਪਹਿਲਾਂ ਉੱਥੇ ਡੀ ਡੀ ਐਲ ਜੇ ਫਿਲਮ ਲੱਗੀ ਸੀ, ਫਿਰ ਮੈਂ ਚੈਨਲ ਚੇਂਜ ਕੀਤਾ, ਨਿਊਜ਼ ਚੈਨਲ ਸੀਗਾ, ਉੱਥੇ ਇੱਕ ਟ੍ਰੇਨ ਐਕਸੀਡੈਂਟ ਦੀ ਐਡ ਚੱਲ ਰਹੀ ਸੀ ਕਿ ਟ੍ਰੇਨ ਸੀਗੀ ਜਲਦੀ ਜਲਦੀ ਫਟ ਗਈ। ਫਿਰ ਮੈਂ ਚੈਨਲ ਚੇਂਜ ਕੀਤਾ, ਉੱਥੇ ਇੱਕ ਫਾਰਮੂਲਾ 1 ਕਾਰ ਰੇਸ ਲੱਗੀ ਹੋਈ ਸੀ, ਫਿਰ ਮੈਂ ਚੈਨਲ ਚੇਂਜ ਕੀਤਾ, ਉੱਥੇ ਮਿਸਟਰ ਬੀਨ ਲੱਗਿਆ ਹੋਇਆ ਸੀਗਾ, ਮਿਸਟਰ ਬੀਨ ਮੇਰਾ ਡੈਡੀ ਕਾ ਹੈ ਡੈਡੀ, ਇਹਨਾਂ ਦੇ ਨੂੰ ਲਾਈਟ ਚੱਲ ਗਈ। ਮੈਂ ਕਿਹਾ ਹੁਣ ਟੀ ਵੀ ਤਾਂ ਦੇਖਣਾ ਹੀ ਆ, ਮੈਂ ਜਨਰੇਟਰ ਸਟਾਰਟ ਕੀਤਾ, ਇਹਨਾਂ ਦੇ ਨੂੰ ਲਾਈਟ ਆ ਗਈ ਅਤੇ ਇਹਨਾਂ ਨੂੰ ਮੇਰਾ ਫੋਨ ਵੀ ਰਿੰਗ ਕੀਤਾ। ਮੇਰੇ ਫਰੈਂਡ ਨੇ ਮੈਨੂੰ ਦੱਸਿਆ ਕਿ ਨਾਲ ਦੇ ਪਿੰਡ ਇੱਕ ਮੇਲਾ ਲੱਗਿਆ ਅਤੇ ਉੱਥੇ ਵੱਡੇ ਵੱਡੇ ਕਲਾਕਾਰ ਆਏ ਆ, ਜੇ ਤੂੰ ਉਹਨਾਂ ਨੂੰ ਮਿਲਣਾ ਤਾਂ ਆ ਜਾ। ਮੈਨੂੰ ਵੀ ਬਹੁਤ ਸ਼ੌਂਕ ਹੁਣ ਵੱਡੇ ਵੱਡੇ ਕਲਾਕਾਰ ਨੂੰ ਮਿਲਣ ਦਾ। ਮੈਂ ਹਾਲੇ ਮੈਂ ਮੇਲੇ 'ਤੇ ਜਾਣ ਵਾਸਤੇ ਘਰੋਂ ਬਾਹਰ ਨਿਕਲਿਆ, ਮੈਂ ਬੁਲਟ ਨੂੰ ਕੀਕ ਮਾਰੀ ਡੁੱਕ 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 ਡੁੱਕ, ਪਰ ਉਹ ਸਟਾਰਟ ਨਹੀਂ ਹੋਇਆ। ਫਿਰ ਮੈਂ ਆਪਣੇ ਯਾਮੇ ਨੂੰ ਕੀਕ ਮਾਰੀ, ਅਤੇ ਮੈਨੂੰ ਕਈ ਚੀਜ਼ਾਂ ਰਸਤੇ ਵਿੱਚ ਓਬਜ਼ਰਵ ਕਰਨ ਨੂੰ ਮਿਲਿਆ, ਜਿੱਦਾਂ ਦੇਖਿਓ ਉੱਥੇ ਕੁੱਤੇ ਅਤੇ ਬਿੱਲੀ 'ਤੇ ਲੜਾਈ ਹੋ ਰਹੀ ਸੀ। ਅਤੇ ਮੈਂ ਫਾਈਨਲੀ ਜਦੋਂ ਅੱਗੇ ਗਿਆ, ਅੱਗੇ ਦੇਖਿਆ ਕਿ ਬੱਚੇ ਪਟਾਕੇ ਚਲਾ ਰਹੇ ਸੀ। ਰਾਜ ਦੇਖਿਆ ਇੱਕ ਬਰਾਤ ਜਾ ਰਹੀ ਸੀ, ਸੋ ਫਾਈਨਲੀ ਮੈਂ ਮੇਲੇ 'ਚ ਪਹੁੰਚ ਗਿਆ। ਮੇਲੇ 'ਚ ਮੇਲੇ ਦੇ ਗੇਟ 'ਤੇ ਦੇਖਿਆ ਕਿ ਆਪਣੇ ਸੁਨੀਲ ਸ਼ੈਟੀ ਸਾਹਿਬ ਸੀਗੇ, ਉਹ ਆਟੋ 'ਚ ਬੈਠੇ ਸਵਾਰੀਆਂ ਇਕੱਠੇ ਕਰੇ, ਇਹ ਘੰਟਾ ਘਰ ਵਾਲੇ ਆ ਜਾਓ, ਘੰਟਾ ਘਰ ਵਾਲੇ ਆ ਜਾਓ, ਮੇਰੇ ਫਲਾਰ ਬੈਠੋ, ਘੰਟਾ ਘਰ ਵਾਲੇ 10 ਰੁਪਏ 10 ਰੁਪਏ ਸਵਾਰੀ। ਮੈਂ ਜਦੋਂ ਅੱਗੇ ਗਿਆ ਦੇਖਿਆ ਕਿ ਵੱਡੇ ਵੱਡੇ ਕਲਾਕਾਰ ਤਾਂ ਉਸੇ ਸੀਗੇ, ਬਟ ਉਹ ਆਪਣਾ ਸਮਾਨ ਵਿੱਚ ਨਾਏ ਹੋਏ ਸੀਗੇ। ਜਿੱਦਾਂ ਪਹਿਲਾਂ ਉੱਥੇ ਦੇਖਿਆ ਆਪਣੇ ਰਾਜਕੁਮਾਰ ਸਾਹਿਬ, ਜਾਨੀ ਹਮ ਆਪਕੇ ਲਈ ਗੂੰਦ ਕਟੀਰਾ ਲੈ ਕੇ ਆਏ ਹੈ, 10 ਰੁਪਏ ਕਾ ਗਿਲਾਸ, 10 ਰੁਪਏ ਕਾ ਗਿਲਾਸ ਜਾਨੀ। ਫਿਰ ਨਾਲ ਬੈਠੇ ਨਾਲ ਮਰ ਅੱਛਾ ਅੱਛਾ ਚਲੇ, ਕੋਈ ਤੇਰਾ ਗੂੰਦ ਕਤੀਰਾ ਨਹੀਂ ਪੀਗਾ, ਸਭ ਜੂਸ ਪੀਏਂਗੇ, ਜੂਸ ਪੀਏਂਗੇ। ਅੱਗੇ ਦੇਖਿਆ ਅੱਗੇ ਧਰਮਿੰਦਰ ਸਾਹਿਬ ਤਾਂ ਸੰਨੀ ਦਿਓਲ ਸਾਹਿਬ ਸੀਗੇ, ਉਹ ਆਪਣਾ ਸਮਾਨ ਵੇਚਦੇ, ਬੇਟਾ ਸੰਨੀ ਇਹ ਦੇਖ ਮੈਂ ਟੀ ਸ਼ਰਟ ਲਾਇਆ ਹਾਂ ਵੇਚਣੇ ਕੇ ਲੀਏ, ਗਾਂਵ ਵਾਲਾ 150 ਕੀ 3 150 ਕੀ 3। ਉਹ ਬਾਬਾ ਮੁਝੇ ਲੱਗਦਾ ਹੈ 2.5 ਕਿਲੋ ਕਾ ਹਾਥ ਨਾ, ਇਹ ਆਪੇ ਵੀ ਚਲਾਉਣਾ ਚਾਹੀਏ, ਉਹ 150 ਕੀ 3 ਹੈ, 200 ਕੀ 3 ਹੈ। ਬਸ ਅੱਗੇ ਦੇਖਿਆ ਕਿ ਆਪਣੇ ਪੁਰਾਣੇ ਪੁਰਾਣੇ ਕਲਾਕਾਰ ਸੀਗੇ, ਉਹ ਵੀ ਸਮਾਨ ਵਿੱਚ ਨਾਏ ਸੀਗੇ, ਜਿੱਦਾਂ ਉੱਥੇ ਆਏ ਅਸ਼ੋਕ ਕੁਮਾਰ, ਇਹ ਬੇਟਾ ਇਹ ਛਨ ਪਕਈਆ ਛਨ ਪਕਈਆ, 10 ਰੁਪਏ ਕੇ 6 ਨਿਸ਼ਾਨੇ ਲਗਾ ਲਓ ਭਈਆ। ਅੱਗੇ ਆਏ ਦੇਖੇ ਸੈਫ ਅਲੀ ਖਾਨ ਸਾਹਿਬ ਸੀਗੇ, ਅਤੇ ਜਿੱਦਾਂ ਦਵਾਈਆਂ ਵਿੱਚ ਨਾਲ ਦਵਾਈ, ਵੇ ਇਹ ਕਮਾਲ ਹੈ ਯਾਰ, ਅਗਰ ਆਪਕੋ ਲੂਜ਼ ਮੋਸ਼ਨ ਹੋ, ਕੌਨਸਟੀਪੇਸ਼ਨ ਹੋ, ਸਿਰ ਦੁਖਤਾ ਹੋ, ਬਦਨ ਦਰਦ ਹੋ, ਯਾਰ ਇਹ ਗੋਲੀ ਲਓ, ਸਭ ਠੀਕ ਹੈ ਸਰ, ਵੇ ਯਾਰ। ਟੈਲੈਂਟ ਕਾ ਮਹਾਸੰਗਰਾਮ, ਜੇਕਰ ਤੁਸੀਂ ਟੈਲੈਂਟ ਕਾ ਮਹਾਸੰਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www.kismekitnahaidam.com ਔਰ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਲੌਗਇਨ ਕਰ ਸਕਦੇ ਹੋ, ਕਿਸਮੇ ਕਿਤਨਾ ਹੈ ਦਮ, ਅਤੇ ਤੁਸੀਂ ਸਾਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ, ਕਿਸਮੇ ਕਿਤਨਾ ਹੈ ਦਮ। ਮੋਬਾਈਲ 9041429249 9041739733।